ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਆਪਣੀ ਵੀਡੀਓ ਹੈ ਜੀ ਮੇਰੇ ਪੁੱਤਰ ਹਰਗੁਣ ਸਿੰਘ ਦੇ ਜਨਮ ਦਿਨ ਦੀ। ਤੁਸੀਂ ਦੇਖੋਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਕਿੱਦਾਂ ਸਾਰਾ ਬਰਥਡੇ ਮਨਾਇਆ। ਤੁਸੀਂ ਦੇਖ ਸਕਦੇ ਹਾਂ ਹਰਗੁਣ ਉੱਠਿਆ ਸੀ, ਉਹਨੂੰ ਨਵਾਇਆ ਗਿਆ ਅਤੇ ਆਹ ਤੌਲੀਏ ਦੇ ਵਿੱਚ ਲਪੇਟ ਕੇ ਹੁਣ ਉਹਨੂੰ ਰੂਮ ਦੇ ਵਿੱਚ ਲੈ ਕੇ ਚੱਲੇ ਹਾਂ। ਦੋਸਤੋ ਅਸੀਂ ਹਰਗੁਣ ਦੇ ਹਰ ਜਨਮ ਦਿਨ ਤੋਂ ਪਹਿਲਾਂ ਸਾਰੀ ਫੈਮਿਲੀ ਮਿਲ ਕੇ ਆਪ ਸਹਿਜ ਪਾਠ ਕਰਦੇ ਹਾਂ। ਇਹ ਤੁਸੀਂ ਦੇਖ ਰਹੇ ਹੋ ਅਸੀਂ ਪੋਥੀ ਸਾਹਿਬ ਤੋਂ ਸਹਿਜ ਪਾਠ ਕਰਦੇ ਹਾਂ। ਆਹ ਤੁਸੀਂ ਦੇਖ ਸਕਦੇ ਹਾਂ ਹਰਗੁਣ ਉੱਪਰ ਆ ਗਿਆ, ਮੱਥਾ ਟੇਕ ਰਿਹਾ ਅਤੇ ਮੇਰੇ ਡੈਡੀ ਜੀ ਹੁਣ ਸ਼ਲੋਕ ਪੜ੍ਹਨਗੇ ਅਤੇ ਸਹਿਜ ਪਾਠ ਦਾ ਭੋਗ ਪਾਉਣਗੇ। ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਗੁਰਦੁਆਰੇ ਤੋਂ ਪਾਠੀ ਲਿਆ ਕੇ ਜਾਂ ਆਪਣਾ ਉੱਦਾਂ ਪਾਠ ਨਹੀਂ ਕਰਦੇ, ਅਸੀਂ ਆਪ ਹੀ ਸਹਿਜ ਪਾਠ ਕਰ ਲੈਂਦੇ ਹਾਂ। ਇਹ ਦੇਖ ਸਕਦੇ ਹਾਂ ਤੁਸੀਂ ਹਰਗੁਣ ਬੈਠਾ ਹੋਇਆ ਅਤੇ ਡੈਡੀ ਹੁਣ ਸਲੋਕ ਪੜ੍ਹਨਗੇ। ਕਹੋ ਨਾਨਕ ਭਜ ਹਰਮਨਾ ਪਰੈ ਨਾ ਜਮ ਕੀ ਪਾਸ ਤਰਨਾਪ ਇਉਂ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰਮਨਾ ਔਧ ਜਾਤ ਹੈ ਬੀਤ ਬਿਰਦ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਵਰੀ ਕਿਉਂ ਨਾ ਭਜੈ ਭਗਵਾਨ ਧਨ ਧਾਰਾ ਸੰਪਤ ਸਗਲ ਜਨ ਆਪਣੀ ਕਰ ਮਾਨ ਇਨਮੇ ਕਛ ਚੰਗੀ ਨਹੀਂ ਨਾਨਕ ਸਾਚੀ ਜਾਨ ਪਤਤ ਪਧਾਰਨ ਭੈ ਹਰਨ। ਹਰਗੁਣ ਡੈਕੋਰੇਸ਼ਨ ਨੂੰ ਦੇਖ ਕੇ ਬਹੁਤ ਖੁਸ਼ ਹੋ ਰਿਹਾ ਸੀਗਾ ਅਤੇ ਇਹਦੇ ਲਈ ਅਸੀਂ ਬੈਲੂਨ ਵਗੈਰਾ ਫਲਾਏ ਹੋਏ ਸੀਗੇ ਬਹੁਤ ਸਾਰੇ, ਉਹਨਾਂ ਨਾਲ ਬਹੁਤ ਖੁਸ਼ ਹੋ ਕੇ ਖੇਡਦਾ। ਤੁਸੀਂ ਦੇਖ ਸਕਦੇ ਹਾਂ ਬੈਲੂਨ ਹੀ ਬੈਲੂਨ। ਇਹ ਹਰਗੁਣ ਦੀ ਭੂਆ ਦੀ ਬੇਟੀ ਆ ਸਿੰਮੂ ਅਤੇ ਇਹ ਅਸੀਂ ਗੁਰਦੁਆਰੇ ਹਰਗੁਣ ਨੂੰ ਮੱਥਾ ਟੇਕਣ ਲਈ ਲੈ ਕੇ ਆਏ ਹਾਂ। ਇਹ ਮੇਰੇ ਡੈਡੀ ਨੇ ਹਰਗੁਣ ਨੂੰ ਚੱਕਿਆ ਹੋਇਆ ਅਤੇ ਚਲੋ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਹਾਂ। ਇਹ ਆਪਾਂ ਅੰਦਰ ਆ ਗਏ ਹਾਂ ਜੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਗੁਰਦੁਆਰਾ ਸਾਹਿਬ ਬਿਲਕੁਲ ਨਿਊ ਬਣਿਆ ਹੋਇਆ। ਪਹਿਲਾਂ ਪੁਰਾਣੀ ਬਿਲਡਿੰਗ ਹੁੰਦੀ ਸੀ ਪਰ ਹੁਣ ਲੇਟੈਸਟ ਹੀ ਇਹਦੇ ਵਿੱਚ ਗੁਰੂ ਮਹਾਰਾਜ ਸਾਹਿਬ ਨੂੰ ਲਿਆਂਦਾ ਗਿਆ। ਸਾਰੀ ਬਿਲਡਿੰਗ ਬਹੁਤ ਸ਼ਾਨਦਾਰ ਨਵੀਂ ਬਣੀ ਆ, ਤੁਸੀਂ ਦੇਖ ਸਕਦੇ ਆ। ਇਹ ਹਰਗੁਣ ਦੇ ਦਾਦਾ ਜੀ ਅਤੇ ਹਰਗੁਣ ਦੋਨੇ ਮੱਥਾ ਟੇਕ ਰਹੇ ਆ, ਪਤਾ ਨਹੀਂ ਕਿਉਂ ਹਰਗੁਣ ਥੱਲੇ ਹੀ ਨਹੀਂ ਸੀ ਉੱਤਰ ਰਿਹਾ। ਜਿੱਦਾਂ ਕਿ ਬੱਚੇ ਆਪਦੇ ਮੂਡ ਹੀ ਹੁੰਦੇ ਆ, ਤੁਸੀਂ ਦੇਖ ਸਕਦੇ ਆ ਬਿਲਕੁਲ ਡੈਡੀ ਦੇ ਨਾਲ ਚਿੰਬੜਿਆ ਹੋਇਆ। ਹੁਣ ਤੁਸੀਂ ਦੇਖ ਸਕਦੇ ਕਿ ਹਰਗੁਣ ਡੈਡੀ ਦੀ ਗੋਦੀ 'ਚੋਂ ਥੱਲੇ ਉੱਤਰ ਕੇ ਖੇਡਣ ਲੱਗ ਪਿਆ ਅਤੇ ਡੈਡੀ ਇੱਥੇ ਹੁਕਮਨਾਮਾ ਸਾਹਿਬ ਲੈਣਗੇ ਅਤੇ ਹਰਗੁਣ ਖੇਡ ਰਿਹਾ।
ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਸੀਂ ਘਰੇ ਆ ਗਏ ਅਤੇ ਹਰਗੁਣ ਆਪਦੇ ਬੈਲੂਨਸ ਵਗੈਰਾ ਨਾਲ ਖੇਡ ਰਿਹਾ ਸੀ। ਮੇਰੇ ਸਿਸਟਰ ਅਤੇ ਉਹਨਾਂ ਦੀ ਬੇਟੀ ਵੀ ਆਏ ਹੋਏ ਸੀ ਘਰੇ। ਹਰਗੁਣ ਗੁਰਸਿਮਰਨ ਕੌਰ ਸਿੰਮੂ ਜੋ ਕਿ ਮੇਰੀ ਭਾਣਜੀ ਆ ਉਹਦੇ ਨਾਲ ਵੀ ਬਹੁਤ ਖੁਸ਼ ਹੋ ਕੇ ਖੇਡਦਾ। ਇਹ ਤੁਸੀਂ ਡੈਕੋਰੇਸ਼ਨ ਦੇਖ ਸਕਦੇ ਆ। ਇਹ ਦੇਖੋ ਦੋਨੇ ਬੱਚੇ ਬੈਲੂਨ ਨਾਲ ਬਹੁਤ ਖੁਸ਼ ਹੋ ਕੇ ਖੇਡ ਰਹੇ ਆ। ਆਹ ਦੇਖੋ ਹਰਗੁਣ ਬੱਚਿਆਂ ਦਾ ਵੀ ਕੋਈ ਪਤਾ ਨਹੀਂ ਹੁੰਦਾ ਕਿਹੜੀ ਚੀਜ਼ ਨਾਲ ਖੁਸ਼ ਹੋ ਜਾਣ। ਆਹ ਤੁਸੀਂ ਦੇਖ ਸਕਦੇ ਆ ਕਿੰਨਾ ਖੁਸ਼ ਆ ਅਤੇ ਬੈਲੂਨ ਦੇ ਵਿੱਚ ਤੁਰ ਫਿਰ ਕੇ ਖੇਡ ਰਿਹਾ। ਬਾਕੀ ਜਦੋਂ ਦੋ ਬੱਚੇ ਮਿਲਦੇ ਆ ਤਾਂ ਮੈਨੂੰ ਲੱਗਦਾ ਉਹ ਹੋਰ ਵੀ ਜ਼ਿਆਦਾ ਖੁਸ਼ ਹੋ ਕੇ ਖੇਡਦੇ ਆ ਇੱਕ ਦੂਜੇ ਦੇ ਨਾਲ। ਇਹ ਤੁਸੀਂ ਦੇਖ ਰਹੇ ਆ ਕਦੇ ਇਸ ਸਾਈਡ ਜਾਂਦਾ ਕਦੇ ਇਸ ਸਾਈਡ ਜਾਂਦਾ। ਮੈਂ ਦੱਸਣਾ ਚਾਹੁੰਦਾ ਕਿ ਹਰਗੁਣ ਨੇ ਇੱਕ ਵੀ ਬੈਲੂਨ ਪਾੜਿਆ ਨਹੀਂ। ਹੋ ਸਕਦਾ ਕੋਈ ਕਿਤੇ ਵੱਜ ਕੇ ਪਾਟ ਗਿਆ ਹੋਵੇ ਤਾਂ ਕੀ ਕਹਿਣਾ, ਪਰ ਇਹ ਵਧੀਆ ਇਹਨਾਂ ਦੇ ਨਾਲ ਖੇਡਦਾ ਰਹਿੰਦਾ, ਇੰਜੋਏ ਕਰਦਾ। ਇਹ ਨਹੀਂ ਵੀ ਇਹਨਾਂ ਨੂੰ ਪਾੜੀ ਜਾਵੇ ਜਾਂ ਉੱਤੇ ਬੈਠ ਜੇ। ਇਹ ਰਿਸ਼ਤੇਦਾਰ ਪਹੁੰਚ ਚੁੱਕੇ ਆ ਹਰਗੁਣ ਦੇ ਬਰਥਡੇ 'ਤੇ ਜਿਨ੍ਹਾਂ ਨੂੰ ਇਨਵਾਈਟ ਕੀਤਾ ਸੀ। ਇਹ ਆ ਜੀ ਹਰਗੁਣ ਦੇ ਬਰਥਡੇ ਦਾ ਸਰਪ੍ਰਾਈਜ਼ ਕੇਕ, ਜੋ ਕਿ ਹਰਗੁਣ ਦੇ ਮਾਮਾ ਜੀ ਜਾਤਪਿੰਦਰ ਸਿੰਘ ਕਨੇਡਾ ਤੋਂ ਉਹਨਾਂ ਨੇ ਸਰਪ੍ਰਾਈਜ਼ ਗਿਫਟ ਭੇਜਿਆ ਸੀ ਸਾਨੂੰ। ਇਹ ਕੇਕ ਨੂੰ ਓਪਨ ਕਰ ਰਹੇ ਹਾਂ ਜੀ। ਬਹੁਤ ਸੋਹਣਾ ਕੇਕ ਜਾਤਪਿੰਦਰ ਸਿੰਘ ਨੇ ਸਿਲੈਕਟ ਕੀਤਾ ਸੀ, ਤੁਸੀਂ ਦੇਖ ਸਕਦੇ ਆ। ਸਾਰੇ ਬੱਚੇ ਕੇਕ ਨੂੰ ਅੱਗੇ ਹੋ ਕੇ ਦੇਖ ਰਹੇ ਆ। ਆਹ ਤੁਸੀਂ ਦੇਖ ਸਕਦੇ ਆ ਬਹੁਤ ਸੋਹਣਾ ਬੱਚਿਆਂ ਵਾਲਾ ਕੇਕ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰਾ ਪੁੱਤਰ ਹਰਗੁਣ ਸਿੰਘ ਦੀ 3 ਸਾਲ ਦੀ ਏਜ ਹੋ ਗਈ ਹੈ ਪੂਰੀ, ਅਤੇ 4ਵੇਂ ਸਾਲ ਦੇ ਵਿੱਚ ਉਹਨੇ ਸਟਾਰਟ ਕਰ ਲਿਆ। ਤੁਸੀਂ ਦੇਖ ਸਕਦੇ ਆ ਕੇਕ ਬਹੁਤ ਸੋਹਣਾ, ਬੇਕਰੀ ਵਾਲਿਆਂ ਨੇ ਬਹੁਤ ਵਧੀਆ ਚੰਗੇ ਢੰਗ ਨਾਲ ਬਣਾਇਆ ਸੀ। ਦੇਖ ਸਕਦੇ ਆ ਤੁਸੀਂ ਜਿੱਦਾਂ ਇਹ ਟੋਏ ਵਗੈਰਾ ਬੱਚਿਆਂ ਲਈ ਲੱਗੇ ਆ, ਬੱਚੇ ਦੇਖ ਕੇ ਬਹੁਤ ਖੁਸ਼ ਹੋ ਰਹੇ ਸੀ। ਹਰਗੁਣ ਨੂੰ ਵੀ ਬਹੁਤ ਕਾਹਲੀ ਸੀ ਕਿ ਮੈਂ ਜਲਦੀ ਤੋਂ ਜਲਦੀ ਆਪਦਾ ਕੇਕ ਕੱਟਾਂ। ਇਹ ਜੀ ਮੈਂ ਹਰਗੁਣ ਅਤੇ ਮੇਰੀ ਵਾਈਫ। ਬਹੁਤ ਮੁਸ਼ਕਿਲ ਨਾਲ ਬੱਚੇ ਫੋਟੋ ਕਰਵਾਉਂਦੇ ਆ ਕਿਉਂਕਿ ਬੱਚਿਆਂ ਦਾ ਧਿਆਨ ਖੇਡਣ ਵਿੱਚ ਹੁੰਦਾ। ਖਾਸ ਕਰ ਮੈਂ ਦੱਸਣਾ ਚਾਹੁੰਦਾ ਕਿ ਮੇਰੇ ਬੇਟੇ ਹਰਗੁਣ ਨੂੰ ਕੇਕ ਬਹੁਤ ਖਾਣਾ ਪਸੰਦ ਆ, ਇਸ ਕਰਕੇ ਉਹ ਕੇਕ ਨਾਲ ਖੇਡਣਾ ਹੀ ਸਟਾਰਟ ਕਰ ਦਿੰਦਾ। ਹਰ ਵਾਰ ਬਰਥਡੇ 'ਤੇ ਇੱਦਾਂ ਹੁੰਦਾ ਕਿ ਉਹਨੂੰ ਚੇਅਰ 'ਤੇ ਬਿਠਾਉਣਾ ਬਹੁਤ ਮੁਸ਼ਕਿਲ ਹੁੰਦਾ। ਆਹ ਤੁਸੀਂ ਦੇਖ ਸਕਦੇ ਆ ਸਾਡੇ ਆਂਢ ਗੁਆਂਢ ਦੇ ਛੋਟੇ ਬੱਚੇ ਅਤੇ ਰੈਲੇਟਿਵਸ ਦੇ ਬੱਚੇ ਹਰਗੁਣ ਕੋਲ ਖੜ੍ਹੇ ਆ ਸਾਰੇ ਕੈਪਸ ਲੈ ਕੇ। ਇਹ ਆ ਜੀ ਹਰਗੁਣ ਦੇ ਦਾਦਾ ਦਾਦੀ ਜੀ। ਇਹ ਦਾਦਾ ਜੀ ਹਰਗੁਣ ਨੂੰ ਕੇਕ ਖਵਾ ਰਹੇ ਆ, ਪਰ ਹਰਗੁਣ ਆਪਦੀ ਮਰਜ਼ੀ ਨਾਲ ਕੇਕ ਖਾਣਾ ਜ਼ਿਆਦਾ ਪਸੰਦ ਕਰਦਾ। ਤੁਸੀਂ ਦੇਖ ਸਕਦੇ ਆ ਇਹਦੇ ਹੱਥ ਵਿੱਚ ਜਿਹੜਾ ਸਲੋਗਨ ਫੜਿਆ ਹੋਇਆ ਉਹ ਹੌਲੀ ਦੇਣੇ ਉਹਨੂੰ ਕੇਕ 'ਤੇ ਲਾਉਂਦਾ ਅਤੇ ਹੌਲੀ ਹੌਲੀ ਕਰਕੇ ਖਾ ਰਿਹਾ। ਇਹ ਆ ਜੀ ਹਰਗੁਣ ਦੇ ਨਾਨਾ ਜੀ ਅਤੇ ਦਾਦਾ ਜੀ, ਦੋਨੇ ਹਰਗੁਣ ਨੂੰ ਸੀਸ ਦੇ ਰਹੇ ਆ। ਇਹ ਫਿਰ ਦਾਦੀ ਜੀ ਅਤੇ ਦਾਦਾ ਜੀ ਫੋਟੋ ਕਰਵਾ ਰਹੇ ਆ। ਇਹ ਆ ਜੀ ਨਾਨੀ ਜੀ ਅਤੇ ਨਾਨਾ ਜੀ, ਸਾਰੇ ਹਰਗੁਣ ਨੂੰ ਬਹੁਤ ਪਿਆਰ ਕਰਦੇ ਆ। ਇਹ ਆ ਜੀ ਹਰਗੁਣ ਦੇ ਇੰਡੀਆ ਵਾਲੇ ਮਾਮਾ ਜੀ ਅਤੇ ਮਾਮੀ ਜੀ ਅਤੇ ਉਹਨਾਂ ਦਾ ਬੇਟਾ ਗੁਰਫਤਿਹ। ਦੋਸਤੋ ਇਸ ਤੋਂ ਬਾਅਦ ਮੈਂ ਇੱਕ ਹੋਰ ਵੀਡੀਓ ਪਾਊਂਗਾ ਜਿਸ ਦੇ ਵਿੱਚ ਆਪਾਂ ਹਰਗੁਣ ਦੇ ਬਰਥਡੇ ਗਿਫਟਸ ਦੀ ਅਨਬੋਕਸਿੰਗ ਕਰਾਂਗੇ। ਦੋਸਤੋ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ।
ਆ ਤੁਸੀਂ ਦੇਖ ਸਕਦੇ ਹਾਂ ਹਰਗੁਣਾ ਉਹਦੇ ਦਾਦਾ ਜੀ ਨਾਲ ਖੇਡ ਰਿਹਾ। ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ।